ਕਿਉਂਕਿ ਇਸ ਟਾਈਮ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ। ਉਹਨੇ ਮੈਡਮ ਨੇ ਵੀ ਦੱਸਿਆ ਹੈਗਾ ਕਿ ਬਹੁਤ ਜ਼ਿਆਦਾ ਮਹਿੰਗਾਈ ਹੈ, ਸਿਲੰਡਰ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਹੈਗਾ, ਤੇ ਉਹਨਾਂ ਕਿਹਾ ਵੀ ਚੀਜ਼ਾਂ ਨੂੰ ਨਜ਼ਰੀਏ ਨੂੰ ਰੱਖ ਕੇ ਬਜਟ ਪਾਈ ਹੋਣਾ ਚਾਹੀਦਾ। ਪਿਛਲੀ ਸਰਕਾਰ ਨੇ ਜਦੋਂ ਸਿਲੰਡਰ ਦਿੱਤਾ ਸੀ ਉਹ 450-500 ਦੇ ਰੇਟ ਦੇ ਵਿੱਚ ਮਿਲਦਾ ਸੀ, ਅੱਜ ਦੀ ਸਰਕਾਰ ਦਾ ਤੁਸੀਂ ਰੇਟ ਦੇਖ ਲਓ ਜੀ 1200। ਮੈਂ ਗਵਰਨਮੈਂਟ ਕੋ ਅਪੀਲ ਕਰੂੰਗਾ ਕਿ ਉਹ ਮਹਿੰਗਾਈ ਕੋ ਔਰ ਬੇਰੁਜ਼ਗਾਰੀ ਕੋ ਦੇਖ ਕਰ ਬਜਟ ਪੇਸ਼ ਕਰੇ, ਕਿਉਂਕਿ ਜੋ ਮਹਿੰਗਾਈ ਹੋ ਰਹੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਬੇਰੁਜ਼ਗਾਰੀ। ਬਜ਼ੁਰਗਾਂ ਨੂੰ ਦੇਖੋ ਜੀ, ਇੱਕ ਤਾਂ ਉਹਨਾਂ ਨੂੰ 5000 ਰੁਪਇਆ ਪੈਨਸ਼ਨ ਪੱਕੀ ਰੱਖਣੀ ਚਾਹੀਦੀ ਹੈ, ਕਿਉਂਕਿ ਹਰ ਬੰਦਾ ਦਾ ਕੋਈ ਮੁਲਾਜ਼ਮ ਨਹੀਂ ਜੀ, ਹਰ ਬਜ਼ੁਰਗ ਨੂੰ ਆਪਣਾ ਘਰੇਲੂ ਜੀਵਨ ਜੀਣ ਲਈ ਹਰ ਪੈਸੇ ਦੀ ਲੋੜ ਹੈ ਜੀ। ਨਮਸਕਾਰ ਦੋਸਤੋ, ਮੈਂ ਹੂੰ ਰਾਜਿੰਦਰ ਦੱਤਾ, ਆਪ ਦੇਖ ਰਹੇ ਹੈ ਅਰਥ ਪ੍ਰਕਾਸ਼ ਟੀਵੀ। ਦੋਸਤੋ, ਭਾਰਤੀ ਜਨਤਾ ਪਾਰਟੀ ਕੀ ਸਰਕਾਰ ਕੀ ਇਹ ਤੀਸਰੀ ਟਰਮ ਹੈ ਔਰ ਸਰਕਾਰ ਆਪਣਾ ਤੀਸਰਾ ਬਜਟ ਪੇਸ਼ ਕਰਨੇ ਜਾ ਰਹੀ ਹੈ। ਇਹ ਬਜਟ ਆਨੇ ਵਾਲੀ 23 ਜੁਲਾਈ ਕੋ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਸੰਸਦ ਮੇਂ ਪੇਸ਼ ਕੀਆ ਜਾਏਗਾ। ਇੱਕ ਦਸ਼ਕ ਕੀ ਮਹਿੰਗਾਈ ਕੀ ਮਾਰ ਝੇਲ ਰਹੇ ਭਾਰਤ ਕੀ ਗ੍ਰਹਿਣੀਓ ਕੋ ਯਹ ਉਮੀਦ ਹੈ ਕਿ ਵਿੱਤ ਮੰਤਰੀ ਜੋ ਕਿ ਖੁਦ ਇੱਕ ਗ੍ਰਹਿਣੀ ਹੈ, ਖੁਦ ਇੱਕ ਮਹਿਲਾ ਹੈ, ਉਹਨੇ ਇਸ ਬਾਤ ਕਾ ਪੂਰਾ ਖਿਆਲ ਰੱਖਾ ਹੋਗਾ ਕਿ ਇਹ ਬਜਟ ਦੇਸ਼ ਕੀ ਰਸੋਈ ਕਾ ਜਾਇਕਾ ਕਹੀਂ ਔਰ ਨਾ ਵਿਗਾੜ ਦੇ। ਇਸੀ ਮੁੱਦੇ ਕੋ ਲੇਕਰ ਜਾਣਤੇ ਹੈ ਜਨਤਾ ਕੀ ਰਾਏ ਔਰ ਚਲਤੇ ਹੈ ਜਨਤਾ ਕੇ ਬੀਚ, ਜਾਣਤੇ ਹੈ ਕਿ ਉਨਕੀ ਕਿਆ ਰਾਏ ਹੈ ਇਸ ਬਾਰੇ ਮੇਂ। ਸਰ, 23 ਤਰੀਕ ਨੂੰ ਬਜਟ ਆ ਰਿਹਾ ਹੈ, ਹਾਂਜੀ, ਤੋ ਕਿਆ ਲੱਗਤਾ ਹੈ ਆਪਕੋ ਕਿ ਬਜਟ ਕਿਸ ਤਰ੍ਹਾਂ ਕਾ ਹੋ ਬਜਟ ਹੋਣਾ ਚਾਹੀਏ? ਸਰਕਾਰ ਦੇਖੋ ਜੋ ਬਣਾਏਗੀ ਬਜਟ ਸਰਕਾਰ ਨੇ ਆਪਣੇ ਹਿਸਾਬ ਸੇ ਬਣਾਣਾ ਹੈ। ਬਿਲਕੁਲ, ਪਰ ਮਤਲਬ ਆਪ ਜਨਰਲ ਐਜ਼ ਅ ਲੇਮੈਨ ਆਪ ਕਿਆ ਸੋਚਦੇ ਕਿ ਕਿਸ ਤਰ੍ਹਾਂ ਦਾ ਬਜਟ ਹੋਣਾ ਚਾਹੀਏ? ਬਜਟ ਜਿਹੜਾ ਹੈ ਨਾ ਜੀ, ਉਹ ਗਰੀਬ ਲੋਕਾਂ ਨੂੰ ਦੇਖ ਕੇ ਤੇ ਲੋਕਾਂ ਦੀ ਮਦਦ ਦੇ ਲਈ ਹੋਣਾ ਚਾਹੀਦਾ ਪੂਰਾ, ਕਿਉਂਕਿ ਇਸ ਟਾਈਮ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ। ਉਹਨੇ ਮੈਡਮ ਨੇ ਵੀ ਦੱਸਿਆ ਹੈਗਾ ਕਿ ਬਹੁਤ ਜ਼ਿਆਦਾ ਮਹਿੰਗਾਈ ਹੈ, ਸਿਲੰਡਰ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਹੈਗਾ, ਤੇ ਉਹਨਾਂ ਕਿਹਾ ਵੀ ਚੀਜ਼ਾਂ ਨੂੰ ਨਜ਼ਰੀਏ ਨੂੰ ਰੱਖ ਕੇ ਬਜਟ ਪੇਸ਼ ਹੋਣਾ ਚਾਹੀਦਾ। ਤੇ ਉੱਥੇ ਜਿਹੜੇ ਲੇਡੀਜ਼ ਤੇ ਸੀਨੀਅਰ ਸਿਟੀਜ਼ਨਸ਼ਿਪ ਹੈਗੇ ਆ, ਉਹਨਾਂ ਦੀ ਵੀ ਸਹੂਲੀਅਤ ਦੇਣੀ ਚਾਹੀਦੀ, ਕੁਝ ਐਜੂਕੇਸ਼ਨ ਦੇ ਬਾਰੇ ਸੋਚਣਾ ਚਾਹੀਦਾ, ਐਜੂਕੇਸ਼ਨ ਜਿਹੜੀ ਆ ਬੱਚਿਆਂ ਦੀ ਫ੍ਰੀ ਹੋਣੀ ਚਾਹੀਦੀ, ਤੇ ਹੈਲਥ ਸਿਸਟਮ ਵੀ ਬਹੁਤ ਖਰਾਬ ਹੋਇਆ ਹੋਇਆ, ਹੈਲਥ ਸਿਸਟਮ ਵੀ ਠੀਕ ਹੋਣਾ ਚਾਹੀਦਾ, ਕਿਉਂਕਿ ਇਹ ਦੋ ਹੀ ਮੇਨ ਫੈਕਟਰ ਹੈਗੇ ਆ, ਇੱਕ ਐਜੂਕੇਸ਼ਨ ਤੇ ਇੱਕ ਹੈਲਥ। ਇਸੀ ਦੇ ਸਿਰ ਤੇ ਕੋਈ ਵੀ ਇਕਨੋਮੀ ਜਾਂ ਕੋਈ ਵੀ ਮੁਲਕ ਜਾਂ ਕੋਈ ਵੀ ਸਟੇਟ ਟਿਕਦੀ ਹੈਗੀ ਆ, ਔਰ ਇਹ ਮੇਨ ਬੇਸ ਹੁੰਦਾ ਹੈਗਾ, ਤੇ ਇਸਦੇ ਹਿਸਾਬ ਨਾਲ ਬਜਟ ਹੋਣਾ ਚਾਹੀਦਾ। ਤੇ ਸੀਨੀਅਰ ਸਿਟੀਜ਼ਨਸ਼ਿਪ ਤੇ ਲੇਡੀਜ਼ ਨੂੰ ਖਾਸ ਕਰਕੇ ਪ੍ਰੈਫਰ ਕਰਨਾ ਚਾਹੀਦਾ, ਕਿਉਂਕਿ ਬਹੁਤ ਲੇਡੀਜ਼ ਦੇ ਘਰ ਦਾ ਸਾਰਾ ਸਿਸਟਮ ਹੀ ਲੇਡੀਜ਼ ਦੇਖਦੀਆਂ ਹੈਗੀਆਂ, ਤੇ ਉਹਨਾਂ ਦੇ ਹੱਥ ਵਿੱਚ ਹੀ ਹੁੰਦਾ ਹੈ। ਆਦਮੀ ਤਾਂ ਸਵੇਰੇ ਨਿਕਲਦਾ ਹੈ, ਸ਼ਾਮ ਨੂੰ ਕਮਾ ਕੇ ਆਉਂਦਾ ਹੈ, ਪਰ ਜਿਹੜੀ ਵਰਕਿੰਗ ਲੇਡੀਜ਼ ਹੈ ਉਹਨਾਂ ਨੂੰ ਵੀ ਕੁਝ ਸਹੂਲੀਅਤ ਮਿਲਣੀ ਚਾਹੀਦੀ ਹੈ। ਬੀਂਗ ਅ ਵੂਮਨ ਤਾਂ ਮੈਂ ਬਜਟ ਬਾਰੇ ਇਹੀ ਕਹਾਂਗੀ, ਤੇ ਲੇਡੀਜ਼ ਦਾ ਤਾਂ ਮੇਨ ਕਿਚਨ ਹੀ ਹੁੰਦਾ ਜੀ, ਠੀਕ ਹੈ ਨਾ ਜੀ। ਮੈਂ ਉਹਦੇ ਬਾਰੇ ਗੱਲ ਕਰਨਾ ਚਾਹਾਂਗੀ ਕਿ ਤੁਸੀਂ ਜਿਹੜਾ ਵੀ ਬਜਟ ਪਾਸ ਕਰੋ ਉਹਦੇ ਵਿੱਚ ਲੇਡੀਜ਼ ਦੇ ਵਿੱਚ ਜਿਵੇਂ ਖਾਣ ਪੀਣ ਦੀ ਚੀਜ਼ਾਂ ਦਾ ਅੱਜ ਦੀ ਰੇਟ ਡੇਟ ਤੁਸੀਂ ਦੇਖ ਰਹੇ ਹੋ ਕਿ ਹਾਈ ਰੇਟ ਚੱਲ ਰਹੇ ਨੇ, ਇੰਨੇ ਜ਼ਿਆਦਾ ਹਾਈ ਰੇਟ ਚੱਲ ਰਹੇ ਨੇ ਕਿ ਇੱਕ ਗਰੀਬ ਬੰਦਾ ਆਪਣੇ ਮਤਲਬ ਰੋਜ਼ੀ ਰੋਟੀ ਲਈ ਡੇਲੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਟਰਗਲ ਕਰਨ ਤੋਂ ਬਾਅਦ ਜਦੋਂ ਸਬਜ਼ੀ ਜਾਂ ਕੁਛ ਖਰੀਦਣ ਜਾਂਦਾ, ਉਹਦਾ ਰੇਟ ਇੰਨਾ ਹਾਈ ਲੈਵਲ ਤੇ ਹੈ ਕਿ ਉਹ ਵਿਚਾਰਾ ਸੋਚਦਾ ਹੀ ਨਹੀਂ ਕਿ ਮੈਂ ਕੁਛ ਖਾ ਸਕਾਂਗਾ, ਠੀਕ ਹੈ ਜੀ। ਮੈਂ ਜਾਣਦੇ ਹਾਂ ਵੀ ਕਿਚਨ ਦੀਆਂ ਦਾਲਾਂ ਹੋ ਗਈਆਂ, ਸਬਜ਼ੀਆਂ ਹੋ ਗਈਆਂ, ਇਹਨਾਂ ਦੇ ਫਰੂਟਸ ਹੋ ਗਏ, ਇਹ ਚੀਜ਼ਾਂ ਦੇ ਉੱਤੇ ਬਜਟ ਦੇਖ ਕੇ ਪਾਸ ਕੀਤਾ। ਕਿਚਨ ਦੇ ਵਿੱਚ ਇੱਕ ਹੋਰ ਵੀ ਮੈਂ ਕਹਿਣਾ ਐਡ ਕਰਨਾ ਚਾਹਾਂਗੀ ਕਿ ਕਿਚਨ ਦਾ ਸਿਲੰਡਰ ਜਿਵੇਂ ਤੁਸੀਂ ਦੇਖੋਗੇ ਕਿ ਆਉਣ ਵਾਲੀ ਪਿਛਲੀ ਸਰਕਾਰ ਨੇ ਜਦੋਂ ਸਿਲੰਡਰ ਦਿੱਤਾ ਸੀ ਉਹ 450-500 ਦੇ ਰੇਟ ਦੇ ਵਿੱਚ ਮਿਲਦਾ ਸੀ, ਅੱਜ ਦੀ ਸਰਕਾਰ ਦਾ ਤੁਸੀਂ ਰੇਟ ਦੇਖ ਲਓ ਜੀ 1200 ਤੇ 900-1000 ਦੇ, ਇਸ ਤੋਂ ਉੱਪਰ ਸਿਲੰਡਰ ਮਿਲਦਾ। ਅਗਰ ਇੱਕ ਗਰੀਬ ਆਦਮੀ ਇਸ ਨੂੰ ਖਰੀਦਣਾ ਚਾਹੇ ਤਾਂ ਬਹੁਤ ਮੁਸ਼ਕਿਲ ਆ ਰਹੀ ਹੈ। ਦੇਖੋ ਸਰ, ਮੈਨੂੰ ਇਹ ਤਾਂ ਨਹੀਂ ਪਤਾ ਗਵਰਨਮੈਂਟ ਬਜਟ ਕੈਸਾ ਪੇਸ਼ ਕਰੇਗੀ, ਤੋ ਮੇਰੇ ਹਿਸਾਬ ਸੇ ਮੈਂ ਗਵਰਨਮੈਂਟ ਕੋ ਅਪੀਲ ਕਰੂੰਗਾ ਕਿ ਉਹ ਮਹਿੰਗਾਈ ਕੋ ਔਰ ਬੇਰੁਜ਼ਗਾਰੀ ਕੋ ਦੇਖ ਕਰ ਬਜਟ ਪੇਸ਼ ਕਰੇ, ਕਿਉਂਕਿ ਜੋ ਮਹਿੰਗਾਈ ਹੋ ਰਹੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਬੇਰੁਜ਼ਗਾਰੀ, ਉਸਮੇ ਕੁਛ ਪੀਪੀ ਗਲਤ ਹੋ ਗਏ ਹੈ ਲੋਕੋਂ ਕੇ, ਉਸਮੇ ਸੇ ਕੁਛ ਲੋਕੋਂ ਕੀ ਬਹੁਤ ਸੇ ਜੋ ਗਵਰਨਮੈਂਟ ਬੈਨੀਫਿਟ ਦੇ ਰਹੀ ਥੀ
वो कर चुके हैं और गरीब जनता को, अनपढ़ जनता को उसके बारे में नॉलेज नहीं है। वो कभी किसी के पास जाते हैं, कभी किसी के पास जाते हैं और भटके फिर रहे हैं। उनको कोई स्पेशल गाइडेंस नहीं कर रहा। मैं गवर्नमेंट से अपील करता हूँ भी वो अपने सभी मुलाजिम और उनसे कहे भी उनको गलत गाइडेंस ना कर अच्छे तरह से बताकर उनकी जो भी समस्या है उसको समाधान किया जाए और जो बजट पेश कर रही है उस पर जरा ध्यान रखकर, हमारे हरियाणा इंडिया की जनता को ध्यान में रखकर बजट पेश किया जाए महंगाई पर। क्या और काम करते हैं भाई साहब? सर मैं बिजनेस करता हूं अपना। अच्छा, आपका बिजनेस है? हाँ जी। हाँ, आपको क्या लगता है कि व्यापारियों के लिए जो है बजट है वो किस तरह का होना चाहिए? वो भी सर एक सोच कर गवर्नमेंट, आप भी गवर्नमेंट के भी जो MLAs MP हैं और प्राइम मिनिस्टर जी हैं सभी को पता है और व्यापारी वर्ग से वो सभी जुड़े हुए हैं, उनको पता है भी व्यापार के जो भी आदमी हैं बिजनेसमैन हैं वो सभी टैक्स गवर्नमेंट को देते हैं, वो छुपा नहीं सकते। थोड़ा बहुत छुपाते हैं, कोई बात नहीं, उसको वहीं भी पूरा हो जाता है। ਹਮੇਸ਼ਾ ਤੋਂ ਹੀ ਬਜਟ ਜਦੋਂ ਵੀ ਬਣਾਇਆ ਜਾਂਦਾ ਉਦੋਂ ਲੋਅਰ ਮਿਡਲ ਕਲਾਸ ਨੂੰ ਦੇਖ ਕੇ ਹੀ ਬਣਾਇਆ ਜਾਂਦਾ ਕਿਉਂਕਿ ਜ਼ਿਆਦਾਤਰ ਨੀਡਸ ਉਹਨਾਂ ਦੀਆਂ ਜ਼ਿਆਦਾ ਜ਼ਰੂਰੀ ਅਸੀਂ ਮੋਢੇ ਰੱਖ ਕੇ ਰੱਖਦੇ ਹਾਂ, ਗੱਲ ਕਰਦੇ ਹਾਂ। ਪਰ ਇੱਕ ਅਗਰ ਤੁਹਾਡੀ ਗੱਲ ਇਹ ਵੀ ਸਹਿਮਤ, ਅਸੀਂ ਮੰਨਦੇ ਹਾਂ ਕਿ ਸਾਡਾ ਸਭ ਤੋਂ ਵੱਧ ਵੋਟਰ ਵੀ ਉਹੀ ਹੁੰਦਾ। ਪਰ ਸੈਂਟਰ ਨੇ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਬਜਟ ਨੂੰ ਬਣਾਉਂਦੇ ਹੋਏ ਮੱਦੇਨਜ਼ਰ ਰੱਖਿਆ, ਜਿਸ ਤਰ੍ਹਾਂ ਉਜਵਲਾ ਯੋਜਨਾ ਤੋਂ ਲੈ ਕੇ, ਆਯੁਸ਼ਮਾਨ ਤੋਂ ਲੈ ਕੇ ਜਾਂ ਹੋਰ ਵੀ ਦਾਲ ਰਾਸ਼ਨ ਤੋਂ ਲੈ ਕੇ ਹਰ ਇੱਕ ਚੀਜ਼ ਦੇ ਵਿੱਚ, ਮੈਡੀਕਲ ਸਹੂਲਤ ਦੇ ਵਿੱਚ, ਜਿਵੇਂ ਬੱਚੇ ਨੂੰ ਪੈਦਾ ਹੋਣ ਤੋਂ ਲੈ ਕੇ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਨੂੰ ਸਹੂਲਤ ਦਿੱਤੀਆਂ ਗਈਆਂ ਨੇ। ਟੈਕਸਿਸ ਦੀ ਰਿਵੇਟ ਵੀ ਅਸੀਂ ਗੱਲ ਕਰਦੇ, ਜਿਵੇਂ ਕਿ ਹਮੇਸ਼ਾ ਸੈਂਟਰ ਨੇ ਚੀਜ਼ ਸੋਚ ਕੇ ਬਣਾਇਆ ਕਿ ਅਗਰ ਦੇਸ਼ ਨੂੰ ਚਲਾਉਣ ਦੇ ਲਈ ਅਗਰ ਮਹਿੰਗਾਈ ਵੱਧ ਰਹੀ ਆ ਤਾਂ ਅਗਰ ਜਨਸੰਖਿਆ ਵੀ ਵਧੇਗੀ, ਉਹਦੇ ਹਿਸਾਬ ਨਾਲ ਮੈਂ ਇੱਕ ਉਮੀਦ ਵੀ ਕਰਦੀ ਹਾਂ ਕਿ ਇਸ ਵਾਰ ਥੋੜ੍ਹਾ ਜਿਹਾ ਮਤਲਬ ਦੇਖਿਆ ਜਾਊਗਾ ਇਸ ਪੱਖ ਨੂੰ, ਕਿਉਂਕਿ ਅਸੀਂ ਵੀ ਜਦੋਂ ਗੱਲ ਕਰਦੇ ਹਾਂ ਅਸੀਂ ਮਤਲਬ ਉੱਪਰ ਤੱਕ ਗੱਲ ਵੀ ਕਰਦੇ ਹਾਂ, ਆਪਣੀ ਸਰਕਾਰ ਤੱਕ ਵੀ ਗੱਲ ਵੀ ਆਉਂਦੇ ਹਾਂ ਜਾਂ ਜ਼ਰੂਰਤਾਂ ਦੀ ਗੱਲ ਕਰਦੇ ਹਾਂ, ਤਾਂ ਸਾਰਾ ਕੁਛ ਮੱਦੇਨਜ਼ਰ ਰੱਖ ਕੇ ਹੀ ਬਜਟ ਬਣਾਇਆ ਗਿਆ। ਔਰ ਰਿਲੀਫ ਵੀ ਮਿਲੇ ਆਪਾਂ ਲੋਅਰ ਸਾਰਿਆਂ ਨੂੰ ਹੀ ਕਾਊਂਟ ਕਰਕੇ ਚੱਲਦੇ ਹਾਂ। ਟੈਕਸ ਜਿਹੜਾ ਹੈ, ਹੁਣ ਜਿਵੇਂ ਸੂਰਜ ਦੀ ਰੋਸ਼ਨੀ ਉਹ ਧਰਤੀ 'ਤੇ ਪੈਂਦੀ, ਉਹ ਅਮੀਰ ਗਰੀਬ ਦੇਖ ਕੇ ਨਹੀਂ ਪੈਂਦੀ। ਜਦੋਂ ਟੈਕਸਿਸ ਦੀ ਗੱਲ ਆਉਂਦੀ ਹੈ ਫਿਰ ਅਮੀਰ ਗਰੀਬ ਨਹੀਂ ਹੁੰਦਾ, ਉੱਥੇ ਟੈਕਸਿਸ ਫਿਰ ਸਾਰਿਆਂ ਨੂੰ ਦੇਸ਼ ਦੇ ਨਿਵਾਸੀਆਂ ਨੂੰ ਆਉਣਾ ਹੀ ਆਉਣਾ। ਜਦੋਂ ਤੁਸੀਂ ਉਹਨਾਂ ਸਹੂਲਤਾਂ ਨੂੰ ਯੂਜ਼ ਕਰਦੇ ਹੋ ਫਿਰ ਟੈਕਸਿਸ ਵੀ, ਰਿਵੇਟ ਵੀ ਤੁਹਾਨੂੰ ਦੇਣੀ ਪੈਂਦੀ। ਸੋ ਇਸ ਕਰਕੇ ਸਾਡੀ ਜਿਹੜੀ ਮਤਲਬ ਗੁਜ਼ਾਰਿਸ਼ ਵੀ ਹੈ ਔਰ ਅਸੀਂ ਉਮੀਦ ਵੀ ਕਰਦੇ ਹਾਂ 100% ਸ਼ੋਰ ਵੀ ਹਾਂ ਕਿ ਇਸ ਟਾਈਮ 'ਤੇ ਲੋਅਰ ਕਲਾਸ ਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਨਾਲ ਪੇਸ਼ ਕੀਤਾ ਜਾਂਦਾ। ਤੁਸੀਂ ਇੱਕ ਲੀਡਰ ਦੇ ਹੋਣ ਦੇ ਨਾਲ ਨਾਲ ਇੱਕ ਲੇਡੀ ਦੀ ਬੀਇੰਗ ਅ ਫੀਮੇਲ ਕੀ ਸੋਚਦੇ ਹੋ ਵੀ ਫੀਮੇਲ ਵਾਸਤੇ ਸਪੈਸ਼ਲ ਪੈਕੇਜਸ ਕੀ ਹੋਣੇ ਚਾਹੀਦੇ ਨੇ? ਦੇਖੋ, ਫੀਮੇਲ ਤਾਂ ਪਹਿਲਾਂ ਕਿਚਨ ਤੋਂ ਚੱਲਦੀ ਹੈ, ਫਸਟ ਉਹ ਐਜੂਕੇਸ਼ਨ, ਉਹਦੇ ਬੱਚਿਆਂ ਨੂੰ ਆਪਣੇ ਬੱਚਿਆਂ ਬਾਰੇ ਵੀ ਸੋਚਦੀ ਆ, ਆਪਣੇ ਮੈਡੀਕਲ ਫੈਸਿਲਿਟੀਆਂ ਬਾਰੇ ਵੀ ਸੋਚਦੀ ਆ, ਸੁਰੱਖਿਆ ਬਾਰੇ ਵੀ ਸੋਚਦੀ ਆ। ਸੋ ਇਹਨਾਂ ਸਾਰੀਆਂ ਮੱਦੇ ਚੀਜ਼ਾਂ ਮੱਦੇਨਜ਼ਰ ਰੱਖ ਕੇ ਹੀ ਸਾਰੀਆਂ ਪ੍ਰੋਬਲਮਸ ਨੂੰ ਦੇਖ ਕੇ ਹੀ ਲੇਡੀ ਇੱਕ ਉਮੀਦ ਕਰਦੀ ਹੁੰਦੀ ਆ ਕਿ ਇਸ ਵਜ੍ਹਾ ਕਰਕੇ ਸਾਡੇ ਲਈ ਆਹ ਚੀਜ਼ਾਂ ਦੀ ਸਾਨੂੰ ਕੀ ਰਿਲੈਕਸੇਸ਼ਨ ਮਿਲੇਗੀ ਜਾਂ ਸਾਨੂੰ ਕੀ ਬੈਨੀਫਿਟਸ ਮਿਲੇਗਾ। ਸੋ ਇਹ ਮੇਰੇ ਖਿਆਲ ਦੇ ਵਿੱਚ ਤਾਂ ਅਸੀਂ ਪਹਿਲਾਂ ਨਾਲ ਬਹੁਤ ਜ਼ਿਆਦਾ ਸਾਡੇ ਵਿੱਚ ਜਿਹੜਾ ਸੁਧਾਰ ਆਇਆ ਔਰ ਅੱਗੇ ਵੀ ਆਉਂਦਾ ਰਹੇਗਾ ਡੇ ਬਾਈ ਡੇ। ਮੈਨੂੰ ਲੱਗਦਾ ਹੈ ਕਿ ਮੈਂ ਇਸ ਉਮੀਦ ਕਰਦੀ ਹਾਂ ਕਿ ਮੇਰੀ ਰਸੋਈ ਸਸਤੀ ਹੋ ਜਾਏ, ਮੇਰੀ ਮੈਡੀਕਲ ਫੈਸਿਲਿਟੀਆਂ ਥੋੜ੍ਹੀਆਂ ਜਿਹੀਆਂ ਸਸਤੀਆਂ ਹੋ ਜਾਣ, ਅਤੇ ਜਾਂ ਮੈਂ ਟੈਕਸੀ ਕਾਰ 'ਚ ਵੀ ਜਾ ਰਹੀ ਹਾਂ ਅਤੇ ਮੈਨੂੰ ਉਹਦੇ ਵੀ ਇੱਕ ਸਹੂਲਤ ਹੋ ਜਾਵੇ। ਬਜਟ ਤਾਂ ਸਰ ਐਵੇਂ ਹੈ ਜੀ, ਮਹਿੰਗਾਈ ਨੇ ਇੱਕ ਤਾਂ ਲੱਕ ਤੋੜ ਰੱਖਿਆ ਜੀ, ਹਰ ਚੀਜ਼ ਮਹਿੰਗੀ ਹੈ ਜੀ, ਜਿਵੇਂ ਤੁਹਾਨੂੰ ਪਤਾ ਹੀ ਹੈ ਖਾਣ ਪੀਣ ਦੀਆਂ ਚੀਜ਼ਾਂ, ਗੈਸ ਸਿਲੰਡਰ, ਹਰ ਇੱਕ ਚੀਜ਼, ਪੈਟਰੋਲ ਡੀਜ਼ਲ, ਜੋ ਵੀ ਆਪਣੀਆਂ ਆਉਣ ਵਾਲੀਆਂ ਜੀਵਨ 'ਚ ਲੋੜਵੰਦ ਚੀਜ਼ਾਂ ਨੇ, ਤੋ ਇਹਨਾਂ 'ਤੇ ਸਰਕਾਰ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਜੀ। ਇਹਨਾਂ ਨੂੰ ਬਜਟ 'ਚ ਆਪਣੇ ਆਮ ਬੰਦੇ ਦੇ ਬਜਟ 'ਚ ਰੱਖਣਾ ਚਾਹੀਦਾ ਤਾਂ ਕਿ ਹਰ ਬੰਦਾ ਇਹਨਾਂ ਨੂੰ ਅਫੋਰਡ ਕਰ ਸਕੇ। ਤੁਸੀਂ ਯੰਗ ਹੋ, ਕੀ ਲੱਗਦਾ ਵੀ ਯੂਥ ਵਾਸਤੇ ਜਾਂ ਬਜ਼ੁਰਗਾਂ ਵਾਸਤੇ ਜਾਂ ਕਿਸ ਤਰ੍ਹਾਂ ਦੀਆਂ ਕੁਛ ਸਕੀਮਾਂ ਜਿਹੜੀਆਂ ਹੈ ਹੋਣੀਆਂ ਚਾਹੀਦੀਆਂ ਤੁਹਾਡੇ ਅਕੋਰਡਿੰਗਲੀ? ਬਜ਼ੁਰਗਾਂ ਨੂੰ ਦੇਖੋ ਜੀ, ਇੱਕ ਤਾਂ ਉਹਨਾਂ ਨੂੰ 5,000 ਰੁਪਇਆ ਪੈਨਸ਼ਨ ਪੱਕੀ ਰੱਖਣੀ ਚਾਹੀਦੀ ਹੈ, ਕਿਉਂਕਿ ਹਰ ਬੰਦਾ ਤਾਂ ਕੋਈ ਮੁਲਾਜ਼ਮ ਨਹੀਂ ਜੀ।
ਹਰ ਬਜ਼ੁਰਗ ਨੂੰ ਆਪਣਾ ਘਰੇਲੂ ਜੀਵਨ ਜੀਣ ਲਈ ਹਰ ਪੈਸੇ ਦੀ ਲੋੜ ਹੈ ਜੀ, ਅਤੇ ਬੇਰੁਜ਼ਗਾਰੀ ਬਹੁਤ ਹੈ ਜੀ। ਹੁਣ ਪਿੱਛੇ 2500 ਪੋਸਟ ਨਿਕਲੀ ਸੀ, ਏਅਰ ਇੰਡੀਆ ਨੇ ਕੱਢੀ ਸੀ, ਉੱਥੇ 25,000 ਬੰਦਾ ਪਹੁੰਚ ਗਿਆ ਜੀ। ਇਸ ਵੱਲ ਸਰਕਾਰ ਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਤਾਂ ਕਿ ਆਪਣੀ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਅਤੇ ਰੁਜ਼ਗਾਰ ਵੱਲ ਧਿਆਨ ਜਾਵੇ। ਦੇਖੋ, ਇਹ ਬਹੁਤ ਅੱਛਾ ਸਵਾਲ ਹੈ ਤੁਹਾਡਾ। ਤੀਸਰੀ ਵਾਰ ਸਾਡੀ ਜਿਹੜੀ ਗਵਰਨਮੈਂਟ ਦਾ ਬਜਟ ਹੈ, ਪਹਿਲਾ ਬਜਟ, ਇਹ ਬਹੁਤ ਜਿਵੇਂ ਮੋਦੀ ਜੀ ਨੇ ਪਾਰਲੀਮੈਂਟ ਸਪੀਚ ਦਿੰਦੇ ਹੋਏ ਕਿਹਾ ਸੀ, ਇਹਦੇ 'ਚ ਵੱਡੀਆਂ ਵੱਡੀਆਂ ਗੱਲਾਂ ਦੀ ਐਕਸਪੈਕਟੇਸ਼ਨ ਹੈ, ਜਿਵੇਂ ਐਜੂਕੇਸ਼ਨ ਲਈ ਬਜਟ ਵਧਣ ਦੀ ਉਮੀਦ ਹੈ, ਅਤੇ ਲਾਅ ਐਂਡ ਆਰਡਰ ਲਈ ਬਜਟ ਵਧਣ ਦੀ ਉਮੀਦ ਹੈ, ਜਿਹੜੇ ਕਿਸਾਨਾਂ ਦੇ ਰਿਫੋਰਮਸ ਨੇ, ਫਾਰਮਰਸ ਦੇ ਰਿਫੋਰਮਸ ਨੇ, ਉਹਨਾਂ ਲਈ ਬਜਟ ਵਧਣ ਦੀ ਉਮੀਦ ਹੈ, ਅਤੇ ਇਨਵਾਇਰਮੈਂਟ ਵਾਸਤੇ ਵੱਡੀ ਉਮੀਦ ਹੈ ਵੀ ਇਹਦੇ 'ਚ ਬਜਟ ਰੱਖਿਆ ਜਾਏਗਾ, ਹੈਲਥ ਕੇਅਰ ਸਰਵਿਸਿਸ ਵਾਸਤੇ ਬਹੁਤ ਵੱਡਾ ਬਜਟ ਰੱਖਿਆ ਜਾਏਗਾ, ਜਸਟਿਸ ਡਿਲੀਵਰੀ 'ਤੇ ਇਸ ਵਾਰ ਗਵਰਨਮੈਂਟ ਬਹੁਤ ਜ਼ਿਆਦਾ ਧਿਆਨ ਦੇ ਰਹੀ ਹੈ, ਉਹਨਾਂ 'ਤੇ ਬਹੁਤ ਵੱਡਾ ਬਜਟ ਰੱਖਿਆ ਜਾਏਗਾ। ਸੋ ਇਸ ਤਰ੍ਹਾਂ ਮੇਰੇ ਖਿਆਲ 'ਚ ਇਸ ਬਜਟ ਨਾਲ ਸਾਰੇ ਜਿਹੜਾ ਹਿੰਦੁਸਤਾਨ 'ਚ ਸਿੱਖਿਆ ਦੀ ਕ੍ਰਾਂਤੀ ਦੀ ਜਿਹੜੀ ਪਹਿਲ ਅਸੀਂ ਕੀਤੀ ਸੀ 2014 'ਚ ਜਦੋਂ ਨਰਿੰਦਰ ਭਾਈ ਮੋਦੀ ਜੀ ਨੇ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਸੰਭਾਲਿਆ ਸੀ ਉਹਦਾ, ਤਾਂ ਉਹਨੂੰ ਹੋਰ ਬਲ ਮਿਲੇਗਾ ਅਤੇ ਹੋਰ ਇਹਦੇ 'ਚ ਹੈਲਥ ਕੇਅਰ ਨੂੰ ਅਤੇ ਸਿੱਖਿਆ ਦੀ ਕ੍ਰਾਂਤੀ ਨੂੰ ਬੜਾ ਵੱਡਾ ਇਹਦੇ 'ਚ ਰੱਖਿਆ ਜਾਏਗਾ। ਇਸ ਤੋਂ ਇਲਾਵਾ ਜੇ ਕੋਮਨ ਮੈਨ ਦੀ ਗੱਲ ਕਰੀਏ, ਕੋਮਨ ਮੈਨ ਵਾਸਤੇ ਸਭ ਤੋਂ ਵੱਡੀ ਚੀਜ਼ ਹੈ ਉਹਦੀ ਕਿਚਨ, ਅਤੇ ਕੀ ਲੱਗਦਾ ਵੀ ਕਿਚਨ ਫਰੈਂਡਲੀ ਵੀ ਹੋ ਸਕਦਾ ਇਸ ਵਾਰ ਦਾ ਬਜਟ? ਡੈਫੀਨੇਟਲੀ ਆਮ ਆਦਮੀ ਨੂੰ ਇਹਦੇ 'ਚ ਬਹੁਤ ਵੱਡੀ ਰਾਹਤ ਮਿਲੇਗੀ, ਕਿਚਨ ਫਰੈਂਡਲੀ ਹੋਏਗਾ, ਜਿਹੜੀ ਇਨਫਲੇਸ਼ਨ ਹੋ ਰਹੀ ਹੈ ਉਹਦੇ 'ਤੇ ਪਹਿਲੇ ਹੀ ਬਹੁਤ ਜ਼ਿਆਦਾ ਠੱਲ ਹੈ, ਦੁਨੀਆ ਦੀ ਜੇ ਸਾਰੀ ਦੁਨੀਆ ਦੀ ਇਕੋਨਮੀ ਦੇਖੋ ਤਾਂ ਉਹਦੇ ਬਾਵਜੂਦ ਸਾਡਾ GDP ਜਿਹੜਾ ਰੇਟ ਹੈ ਉਹ ਬੜਾ ਅੱਛਾ ਚੱਲ ਰਿਹਾ। ਅੱਜ ਦੇ ਅਖਬਾਰ 'ਚ ਵੀ ਇੰਡੀਅਨ ਐਕਸਪ੍ਰੈਸ 'ਚ ਨਿਊਜ਼ ਹੈ ਕਿ 7% ਮਿਨੀਮਮ ਉਹਨਾਂ ਨੇ GDP ਨੂੰ ਸਾਡੇ ਨੂੰ ਨਿਸ਼ਚਿਤ ਕੀਤਾ ਵੀ ਉਹ ਮਿਲੇਗਾ ਹਮੇਸ਼ਾ। ਅਤੇ ਜਿਹੜੀ ਕਿਚਨ ਹੈ ਆਮ ਆਦਮੀ ਦੀ ਜਿਹੜੀ ਤਸੱਲੀ ਹੈ, ਆਮ ਆਦਮੀ ਦੀ ਜਿਹੜੇ ਮਨ 'ਚ ਸ਼ਾਂਤੀ ਹੈ, ਪੀਸ ਹੈ, ਉਹਨੂੰ ਜ਼ਰੂਰ ਮੱਦੇਨਜ਼ਰ ਰੱਖਿਆ ਜਾਏਗਾ।